hujre varga nurya jaan bina rutbe vich tu vadda ke assi vadde ye bachcha si hoya jaan bina suno nana ji mera buland rutba ਨਾਨਾ ਜੀ ਮੇਰਾ ਬੁਲੰਦ ਰੁਤਬਾ ਕੋਈ ਸ਼ੱਕ ਵੀ ਨਹੀਂ ਤੇ ਨਬੀ ਆਖਿਆ ਕੋਈ ਦਲੀਲ ਦੇ ਕੇ ਕੋਈ ਬਾਇ ਸਬੂਤ ਨਹੀਂ ਮੇਰੇ ਨਾਨੇ ਜਾਂ ਕਿਸੇ ਦਾ ਨਹੀਂ ਨਾਨਾ ਮੇਰੀ ਮਾਂ ਜੀ ਕਿਸੇ ਦੀ ਮਾਂ ਵੀ ਨਹੀਂ ਅੱਗੇ ਹੋਈ ਵੀ ਨਹੀਂ ਹੁਣ ਨਹੀਂ ਕੋਈ ਅਗਵਾਉਣ ਦਾ ਕੋਈ ਮੁਕਾਮ ਵੀ ਨਬੀ ਘੁੱਟ ਕੇ ਲਾ ਲਿਆ ਨਾਲ ਸੀਨੇ ਐ ਸੁੰਬਰੇ ਐ ਸਾਰਾ ਇਦਾਂ ਵੀ ਨਹੀਂ ਐਸਾ ਚਿਹਰਾ ਵੀ ਨਹੀਂ ਤੇ ਚਮਕ ਵੀ ਨਹੀਂ ਐਸਾ ਸੁਖਮ ਤੇ ਐਸੀ ਜ਼ੁਬਾਨ ਵੀ ਚੜਕੇ ਮੋਰੇ ਨਬੂਬਤ ਤੇ ਖੇਡਦਾ ਸੀ ਐਸੀ ਲੱਭਣੀ ਕਿਸੇ ਨੂੰ ਥਾਂ ਵੀ ਨਹੀਂ ਜ਼ਬਤ ਤੋਰ ਸਰੋਸ ਪੁਕਾਰ ਉਠਿਆ ਐਸਾ ਕੋਈ ਮੀਰੋ ਕਾਰਵਾਂ ਵੀ ਅੱਖ ਬਾਤਲ ਦੇ ਮਾਰ ਕੇ ਵਿੱਚ ਦਹਿਮਾਂ ਸ਼ੀਦੇ ਐਸਾ ਖੂਨ ਸ਼ਾਮ ਵੀ ਸ਼ਹੀਦੇ ਕਰਬਲਾ ਪਾਕ ਦੇ ਇਨਾਮ ਦੀ ਵੇਲ ਫੇਰ ਦਸਾਂ ਰੁਪਈਆਂ
ਦੀ ਵੇ ਅੱਗੇ ਦਸਾਂਦੀ ਹੁਣ ਦਸਾਂਦੀ 20 ਰੁਪਈਆਂ ਦੀ ਵੇ ਜਿਉਂ ਗਾਣਿਆ ਸਿਰਿਆ ਜਿਨ੍ਹਾਂ ਦੇ ਨਾਮ ਦੀ ਵੇ ਵਾਲੀ ਜਾ ਮਿਰਦਾ ਤਬੇਤ ਸੁੱਤਾ ਸੁੱਤਾ ਖਾਬਾਂ ਵਗੈਰਾ ਵਿਚਾਰਦਾ ਤੇ ਬਾਬਾ ਜੀ ਕਿਵੇਂ ਵਿਚਾਰਦਾ
गुजरात शहर के दर दर का हर मंग रहा लोग मेनू खार नहीं पाते वे व्यवहार तमाम साथी पार बन के गल सुन के एक नौकर ऐसा बोलिया बचू आदा शहनशाह पंजाब की हद का पता ही असल बदाल करके झारी कसी पिंडे उतू तिकर पंजाब है अजे पहली नुक्कर पंजाब की देखी आई घबरा गया मैं जाना शहर गुजरात इतने का जरा मशहूर तोहफा है वो लिया अपने पत्र जाके दसा दे गुजरात के शहर में हो गए हैं तमाम साथी पार पे बनते ने
ਨੌਕਰ ਸ਼ਹਿਰ ਗੁਜਰਾਤ ਵੱਲ ਤੁਰਿਆ। ਫਿਰਦਾ ਫਿਰਦਾ ਸ਼ਹਿਰ ਦੇ ਵਿੱਚ ਇੱਕ ਐਸਾ ਮੁਕਾਮ ਆਇਆ ਜਿੱਥੇ ਬਾਬਾ ਤੁੱਲਾ ਦੁਕਾਨ ਲਾ ਕੇ ਬੈਠਾ। ਜਦੋਂ ਬਾਬੇ ਤੁੱਲੇ ਦੀ ਦੁਕਾਨ ਤੇ ਗਿਆ ਤੇ ਵੇਖਿਆ ਤੇ ਆ ਬਰਤਨ ਪਿਆਰੇ ਪਿਆਰੇ, ਇਹ ਬਰਤਨ ਪਿਆਰੇ ਪਿਆਰੇ ਬਰਤਨ ਵੇਖੇ ਤੇ ਪੁੱਛਿਆ, ਬਾਬਾ ਜੀ ਬਰਤਨ ਆਪ ਬਣਾਉਂਦੇ ਹੋ ਜਾਂ ਕਿਸੇ ਕੋਲ ਬਣਵਾਉਂਦੇ ਹੋ? ਆਖਿਆ, ਵੇ ਪੁੱਤਰਾ ਮੈਂ ਤੇ ਬਰਤਨ ਬਣਾਉਣ ਵਾਲੇ ਦਾ ਗੁਲਾਮ। ਆਖਿਆ, ਬਾਬਾ ਜੀ ਉਹ ਕੌਣ ਏ ਜਿਹੜਾ ਹਜੇ ਬਰਤਨ ਬਣਾਉਂਦਾ? ਆਖਿਆ, ਪੁੱਤਰ ਮੇਰੀ ਧੀਏ, ਨਾਮ ਏ ਉਸਦਾ ਸੋਹਣੀ, ਉਹਦਾ ਕੰਮ ਏ ਬਰਤਨ ਬਣਾ ਦੇਣੇ, ਮੇਰਾ ਕੰਮ ਏ ਬਰਤਨ ਵੇਚ ਛੱਡਣਾ। ਬਾਬਾ ਜੀ ਸੋਹਣੀ ਦਾ ਦੀਦਾਰ ਤੇ ਕਰੋ। ਆਖਿਆ, ਪੁੱਤਰ ਪਰਦੇ ਵਿੱਚ ਪੈ ਕੇ ਬਰਤਨ ਤਿਆਰ ਕਰ ਲਈਏ। ਨੌਕਰ ਨੇ ਦੀਦਾਰ ਕੀਤਾ ਤੇ ਦੁਕਾਨ ਚ ਟੁੱਟਦਾ ਚਾਰ ਪੰਜ ਬਰਤਨ ਖਰੀਦੇ। ਅੱਗੇ ਮਿਲਦੇ ਨੂੰ ਬੜੀ ਸੌੜ ਤੇ ਬੜੀ ਕਾਹਲ ਏ ਕਿ ਕਿਹੜੇ ਵੇਲੇ ਨੌਕਰ ਆਉਂਦਾ ਬਰਤਨ ਚੱਲਦੇ ਆ। ਆ ਕੇ ਰੱਖੇ ਨੇ ਅੱਗੇ ਬਰਤਨ,